ਪਿਛਲੇ 14 ਦਿਨਾਂ ਤੋਂ ਲਗਾਤਾਰ ਮੋਟੀਵੇਟਰਾਂ ਅਤੇ ਮਾਸਟਰ ਮੋਟੀਵੇਟਰਾਂ ਵੱਲੋਂ ਮਲੇਰਕੋਟਲਾ ਨਜ਼ਦੀਕੀ ਪਿੰਡ ਭੋਗੀਵਾਲ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਰੈਗੂਲਰ ਕਰਨ ਲਈ ਧਰਨੇ ਲਗਾਏ ਗਏ। ਇਸ ਦੌਰਾਨ ਕੁਝ ਮੋਟੀਵੇਟਰ ਟੈਂਕੀ 'ਤੇ ਵੀ ਜੜੇ ਰਹੇ। ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦ ਉਕਤ ਮੋਟੀਵੇਟਰ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੀ ਕੋਠੀ ਦਾ ਘੇਰਾਓ ਕਰਨ ਆਏ ਅਤੇ ਪੁਲਿਸ ਦੇ ਨਾਲ ਉਲਝ ਗਏ। ਕੋਈ ਲਾਠੀਚਾਰਜ ਦੌਰਾਨ 18 ਮੋਟੀਵੇਟਰ ਪੁਰਸ਼ ਅਤੇ ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਦਾਖਲ ਕਰਵਾਇਆ ਗਿਆ। 5 ਵਿਅਕਤੀਆਂ ਦੀ ਹਾਲਤ ਖਰਾਬ ਹੁੰਦੀ ਦੇਖ ਕੇ ਉਹਨਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਰਾਮਦੀਪ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਠੇਕਾ ਸਿਸਟਮ ਅਧੀਨ ਕੰਮ ਕਰਦੇ ਆ ਰਹੇ ਨੇ ਅਤੇ ਲਗਾਤਾਰ ਸਰਕਾਰ ਤੋਂ ਉਹਨਾਂ ਨੂੰ ਪੱਕਾ ਕਰਨ ਦੀ ਮੰਗ ਕਰਦੇ ਆ ਰਹੇ ਨੇ, ਲੇਕਿਨ ਸਰਕਾਰ ਵੱਲੋਂ ਉਹਨਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਦੱਸਿਆ ਕਿ ਅੱਜ ਮੈਡਮ ਰਜੀਆ ਸੁਲਤਾਨਾ ਨੂੰ ਮਿਲਣ ਲਈ ਆਏ ਸਨ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਗਈ, ਜਿਸ ਦੌਰਾਨ ਉਹਨਾਂ ਦੇ 18 ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਰਮਨਦੀਪ ਕੌਰ ਜੀ, ਕੀ ਕਹਿ ਜੀ ਇਸ ਨਾਲ? ਸਰ, ਮੈਂ ਮੋਟੀਵੇਟਰ ਐਂਡ ਮਾਸਟਰ ਮੋਟੀਵੇਟਰ ਵਰਕਰ ਯੂਨੀਅਨ ਪੰਜਾਬ ਤੋਂ ਹਾਂ। ਠੀਕ ਹੈ। ਅੱਛਾ, ਅੱਜ ਕੀ ਹੋਇਆ ਜੀ, ਲਟਕਿਆ ਜਿਹੜਾ ਹੋਇਆ? ਸਰ, ਅਸੀਂ ਮੈਡਮ ਰਜੀਆ ਸੁਲਤਾਨਾ ਦੀ ਕੋਠੀ ਵੱਲ ਪੂਛ ਕੀਤਾ ਸੀ ਅਤੇ ਉੱਥੇ ਉਹਨਾਂ ਨੇ ਸਾਡੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਾਠੀ ਚਾਰਜ ਕੀਤਾ ਗਿਆ, ਜਿਹਦੇ ਵਿੱਚ ਸਾਡੇ ਕਾਫੀ ਮੈਂਬਰ ਹੈ ਜਿਹੜੇ ਉਹ ਬਹੁਤ ਜ਼ਿਆਦਾ ਬੁਰੀ ਹਾਲਤ ਵਿੱਚ ਨੇ। ਪੂਰੇ ਕਿੰਨੇ ਮੈਂਬਰ ਹੈ? ਹੈਗੇ ਨੇ 17 ਮੈਂਬਰ ਨੇ ਸਰ, ਜਿਨ੍ਹਾਂ ਦੇ ਵਿੱਚੋਂ 5 ਨੂੰ ਰੈਫਰ ਕੀਤਾ ਗਿਆ ਪਟਿਆਲੇ ਸਰ। ਅੱਛਾ, ਇਹ ਜਿਹੜਾ ਲਾਠੀ ਚਾਰਜ ਹੋਇਆ ਕਾਰਨ ਕੀ? ਸਰਕਾਰ ਨੇ ਇਹੀ ਹੈ ਕਿ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਾਨੂੰ ਜਿਹੜੀ ਸੈਲਰੀ ਲਗਾਈ ਜਾਵੇ, ਚਾਹੇ ਸਾਨੂੰ ਮਤਲਬ ਕਿ ਸਾਨੂੰ ਵੀ ਡੀਸੀ ਰੇਟ ਤੇ ਰੱਖ ਲਿਆ ਜਾਵੇ, ਪਰ ਸਾਨੂੰ ਇੱਕ ਵੱਜਵੀ ਤਨਖਾਹ ਦਿੱਤੀ ਜਾਵੇ, ਜਿਹਦੇ ਕਰਕੇ ਸਰਕਾਰ ਵੱਲੋਂ ਸਾਡੇ ਤੇ ਲਾਠੀ ਚਾਰਜ ਕੀਤਾ ਗਿਆ। ਕਿੰਨੇ ਵੀ ਨੇ ਸੈਲਰੀਆਂ ਜੀ ਤੁਹਾਡੀ? ਸਰ, ਸਾਨੂੰ ਕੰਟਰੈਕਟ ਬੇਸ ਤੇ ਇਹਨਾਂ ਨੇ ਰੱਖਿਆ ਗਿਆ ਸੀ, ਸਾਨੂੰ 5 ਸਾਲ ਹੋ ਗਏ ਲੱਗਿਆ ਨੂੰ ਤੇ ਅਸੀਂ ਇਹਨਾਂ ਤੋਂ ਸਿਰਫ ਡੀਸੀ ਰੇਟ ਦੀ ਮੰਗ ਕਰ ਰਹੇ ਹਾਂ ਵੀ ਸਾਨੂੰ ਇੱਕ ਬੰਨਵੀਂ ਚੀਜ਼ ਲਗਾ ਦਿਓ ਜਿਹੜੀ ਸਾਡੇ ਮਹੀਨੇ ਬਾਅਦ ਸਾਡੇ ਅਕਾਊਂਟ 'ਚ ਆ ਜਾਵੇ। ਉਹਦੇ ਵਿੱਚ ਇਹ ਧਰਨਾ ਲਗਾਇਆ ਗਿਆ ਸੀ। ਜਿਹੜਾ ਧਰਨਾ, ਕਿੰਨੇ ਦਿਨ ਹੋਏ ਅੱਜ? ਸਰ, ਅੱਜ ਸਾਨੂੰ 14ਵਾਂ ਦਿਨ ਹੈ ਜੀ, ਅਸੀਂ ਭੋਗੀਵਾਲ ਟੈਂਕੀ ਤੇ ਬੈਠੇ ਹਾਂ। ਗੱਲਬਾਤ ਦੌਰਾਨ SMO ਨੇ ਦੱਸਿਆ ਕਿ ਉਹਨਾਂ ਕੋਲ 18 ਵਿਅਕਤੀ ਬੁਰੀ ਹਾਲਤ ਵਿੱਚ ਜ਼ਖਮੀ ਆਏ ਸਨ, ਜਿਨ੍ਹਾਂ ਵਿੱਚੋਂ 5 ਦੀ ਹਾਲਤ ਨਾਜ਼ੁਕ ਹੋਣ ਕਾਰਨ ਉਹਨਾਂ ਨੂੰ ਪਟਿਆਲੇ ਵਿਖੇ ਰੈਫਰ ਕਰ ਦਿੱਤਾ ਗਿਆ ਅਤੇ ਬਾਕੀਆਂ ਦੇ ਟੈਸਟ ਵਗੈਰਾ ਕੀਤੇ ਜਾ ਰਹੇ ਨੇ। ਇਸ ਹਸਪਤਾਲ 'ਚ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ 18 ਮਰੀਜ਼ ਜਿਹੜੇ ਮੋਟੀਵੇਟਰ ਅਤੇ ਮਾਸਟਰ ਮੋਟੀਵੇਟਰ ਨੇ ਧਰਨੇ ਵਿੱਚ ਮਲੇਰਕੋਟਲਾ ਹਾਊਸ ਦੇ ਨੇੜੇ ਪ੍ਰਦਰਸ਼ਨ ਕਰ ਰਹੇ ਸੀ ਅਤੇ ਉਹ ਕੁਝ ਜ਼ਖਮੀ ਹਾਲਤ ਦੇ ਵਿੱਚ ਆਏ ਨੇ ਅਤੇ ਇਹਨਾਂ ਵਿੱਚੋਂ ਟੋਟਲ 18 ਦੇ 5 ਅਸੀਂ ਰੈਫਰ ਕਰ ਦਿੱਤੇ ਨੇ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ। ਕਿੰਨੇ ਕੁ ਵਜੇ ਆਏ ਜੀ? ਇਹ ਐਗਜੈਕਟ ਟਾਈਮ ਤਕਰੀਬਨ 1 ਘੰਟਾ ਹੋ ਗਿਆ, 1 ਘੰਟਾ ਪਹਿਲਾਂ ਹੀ ਇਹ ਇੱਥੇ ਪਹੁੰਚੇ। ਬਾਕੀ ਦਾ ਟ੍ਰੀਟਮੈਂਟ ਕਿੰਨਾ ਚੱਲਦਾ? ਬਾਕੀਆਂ ਦਾ ਟ੍ਰੀਟਮੈਂਟ ਇਸ ਤੋਂ 5 ਇਹ ਹੋ ਗਏ ਅਤੇ 18 ਚੋਂ ਦੇਖ ਲਓ ਕਿੰਨੇ ਹੋ ਗਏ। ਨਹੀਂ, ਜਿਹੜੇ ਬਾਕੀ ਤੁਹਾਡੇ ਕੋਲ ਉਹਨਾਂ ਦੀ ਹਾਲਤ ਕਿਵੇਂ ਆ? ਉਹਨਾਂ ਦੀ ਹਾਲਤ ਅਸੀਂ ਇਨਵੈਸਟੀਗੇਸ਼ਨਾਂ ਕਰਾ ਰਹੇ ਹਾਂ, ਕਈਆਂ ਦੇ ਐਕਸਰੇ ਕਰਵਾ ਰਹੇ ਹਾਂ, ਉਹ ਪੂਰੀ ਇਨਵੈਸਟੀਗੇਸ਼ਨਾਂ ਕਰਾ ਕੇ ਮੈਂ ਦੱਸ ਪਾਊਂਗਾ, ਲੇਕਿਨ ਸਥਿਤੀ ਅੰਡਰ ਕੰਟਰੋਲ ਹੈ। ਜਿਹੜੇ ਕੁਛ ਸੀਗੇ ਪੇਸ਼ੈਂਟ, ਸਾਨੂੰ ਕੁਝ ਔਨ ਰਿਕੁਐਸਟ ਵੀ ਉਹਨਾਂ ਨੇ ਕਿਹਾ ਅਤੇ ਰੈਫਰਲ ਲਈ, ਠੀਕ ਹੈ, ਉਹ ਅਸੀਂ ਟ੍ਰੀਟਮੈਂਟ ਅਗਰ ਕੋਈ ਰੈਫਰਲ ਚਾਹੁੰਦਾ ਅਸੀਂ ਦੇ ਸਕਦੇ ਹਾਂ, ਅਤੇ ਉਹ ਉਹਨਾਂ ਨੂੰ ਅਸੀਂ ਫ੍ਰੀ ਸਰਵਿਸ ਸੇਵਾ ਦੇ ਲਈ ਅਸੀਂ ਉੱਥੇ ਰਜਿੰਦਰਾ ਹੋਸਪਿਟਲ ਪਟਿਆਲਾ ਦੇ ਵਿੱਚ ਰੈਫਰ ਕਰ ਦਿੱਤਾ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।